ਬਾਈ ਜੀ ਤੇ ਭਰੋਸਾ ਜਿਹੜਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਉਹਦੇ ਲਈ ਤਾਂ ਅਸੀਂ ਹਰ ਸਾਲ ਲਈ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ। ਦੇਖੋ ਜੇ ਇਹੀ ਰਿਸ਼ਤੇਦਾਰੀ ਜਾਂ ਸਿਫਾਰਸ਼ੀ ਵਾਲੇ ਸਿਸਟਮ ਤੋਂ ਅੱਕ ਕੇ ਤਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ, ਭਗਵੰਤ ਬਾਈ ਨੂੰ, ਜੇ ਉਹੀ ਚੀਜ਼ ਅਸੀਂ ਨੇ ਤੋੜ ਲਈ ਤੇ ਫਿਰ ਸਾਡੇ ਰਿਸ਼ਤੇਦਾਰ ਲੱਗਣ ਲੱਗ ਜਾਣਗੇ ਤੇ ਫਿਰ ਪਬਲਿਕ ਦਾ ਕੀ ਬਣੂਗਾ। ਸਾਡੇ ਕੋਲ ਸਿਫਾਰਸ਼ ਨਹੀਂ ਲੈ ਕੇ ਆਉਣੀ, ਗਲਤ ਕੰਮ ਕਿਸੇ ਦਾ ਵੀ ਨਹੀਂ ਹੋਊਗਾ, ਸਹੀ ਸਾਰਿਆਂ ਦੇ ਹੋਣ। ਜਦੋਂ ਲੋਕਾਂ 'ਚ ਜਾਂਦੇ ਸੀ ਨਾ, ਜਦੋਂ ਲੋਕ ਕਹਿੰਦੇ ਸੀਗੇ ਕਿ ਆਪਣੀ ਸਰਕਾਰ ਬਣਾਉਣੀ ਹੈ, ਉੱਥੋਂ ਲੱਗਦਾ ਸੀ ਕਿ ਲੋਕ ਸਾਰੇ ਹੋਣ, ਕਿਉਂਕਿ ਲੋਕ ਨਾ ਤਾਂ ਜਾਤਾਂ ਦੀ ਰਾਜਨੀਤੀ 'ਚ ਵੰਡੇ ਆ ਇਸ ਵਾਰੀ, ਨਾ ਧਰਮ ਦੀ ਰਾਜਨੀਤੀ 'ਚ, ਨਾ ਕੋਈ ਕਿਸੇ ਵੀ ਤਰ੍ਹਾਂ ਦੀ ਪਾੜੋ ਅਤੇ ਰਾਜਗੁਰੂ ਵਾਲੀ ਨੀਤੀ 'ਚ ਨਹੀਂ ਵੰਡੇ ਉਹਨਾਂ ਨੇ, ਲੋਕਾਂ ਨੇ ਇਸ ਵਾਰ ਵੋਟਾਂ ਪਾਈਆਂ ਨੇ। ਅਸੀਂ ਪਿੰਡਾਂ 'ਚ ਜਾਂਦੇ ਸੀ ਤਾਂ ਬਜ਼ੁਰਗ ਮਾਤਾਵਾਂ ਭੈਣਾਂ ਕਹਿੰਦੀਆਂ ਸੀ ਸਾਡੇ ਬੱਚਿਆਂ ਨੂੰ ਸਕੂਲ ਚਾਹੀਦੇ ਹੈ, ਸਾਨੂੰ ਹਸਪਤਾਲ ਚਾਹੀਦੇ ਹੈ, ਰੋਜ਼ਗਾਰ ਚਾਹੀਦਾ ਹੈ। ਮਤਲਬ ਜਿਹੜੀ ਰਾਜਨੀਤੀ ਦੇ ਮੁੱਦੇ ਹੋਣੇ ਚਾਹੀਦੇ ਸੀ ਲੋਕਾਂ ਨੂੰ ਪਤਾ ਲੱਗ ਗਿਆ। ਹੁਣ ਗਲੀਆਂ ਨਾਲੀਆਂ 'ਤੇ ਜਾਂ ਇਹਨਾਂ ਚੀਜ਼ਾਂ 'ਤੇ ਵੋਟਾਂ ਨਹੀਂ ਪਈਆਂ, ਇਸ ਵਾਰ ਵੋਟਾਂ ਪਈਆਂ ਨੇ ਮੁੱਦਿਆਂ ਨੂੰ, ਵਧੀਆ ਕੰਮਾਂ ਨੂੰ। ਅਤੇ ਬਾਈ ਜੀ 'ਤੇ ਭਰੋਸਾ ਜਿਹੜਾ ਜਿਤਾਇਆ ਪੰਜਾਬ ਦੇ ਲੋਕਾਂ ਨੇ ਉਹਦੇ ਲਈ ਤਾਂ ਅਸੀਂ ਹਰ ਸਾਲ ਲਈ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਭਰੋਸੇ 'ਤੇ ਪੂਰਾ ਉਤਰਨ ਦਾ ਉਹਨਾਂ ਨੂੰ ਬਲ, ਬੁੱਧੀ, ਸ਼ਮਤ ਅਤੇ ਤੰਦਰੁਸਤੀ ਬਖਸ਼ੇ। ਜ਼ਰੂਰ ਲਿਆਊਗੀ ਜੀ, ਕਿਉਂਕਿ ਬਾਈ ਜੀ ਦਾ ਜਿਹੜਾ ਪਹਿਲੇ ਦਿਨ ਹੀ ਉਹਨਾਂ ਨੇ ਜਦੋਂ ਸਾਰੇ MLAs ਦੀ ਮੀਟਿੰਗ ਕੀਤੀ ਸੀ ਤਾਂ ਉਹਨਾਂ ਨੇ ਇੱਕੋ ਹੀ ਰਿਕੁਐਸਟ ਕੀਤੀ ਸੀ ਕਿ ਆਪਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ, ਸੋ ਆਪਾਂ ਨੇ ਪ੍ਰੋ ਪਬਲਿਕ ਹੀ ਰਹਿਣਾ ਹੈਗਾ, ਲੋਕਾਂ ਲਈ ਸੋਚਣਾ, ਕਦੇ ਵੀ ਆਪਣੇ ਲਈ ਜਾਂ ਕਿਸੇ ਆਪਣੇ ਉਹਦੇ ਲਈ ਆਪਣਿਆਂ ਲਈ ਨਹੀਂ ਸੋਚਣਾ, ਤੁਸੀਂ ਹਮੇਸ਼ਾ ਲੋਕਾਂ ਲਈ ਸੋਚਣਾ। ਅਤੇ ਸਾਰੇ ਮਤਲਬ ਆਮ ਘਰਾਂ 'ਚੋਂ ਆਏ ਹੋਏ ਨੇ, ਇਹ ਸਮਝ ਸਕਦੇ ਨੇ ਕਿ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਅਤੇ ਲੋਕ ਬਹੁਤ ਆਸਾਂ ਨਾਲ ਤੇ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ ਚੁਣਿਆ ਤੇ ਪੂਰਾ ਤੁਸੀਂ ਕੈਂਪੇਨ ਕਰਦੇ ਰਹੇ ਹੋ ਪਹਿਲੇ। ਹੁਣ ਆਮ ਤੌਰ ਤੇ ਹੁੰਦਾ ਜਦੋਂ CM ਹੈ ਜਾਂ ਵੱਡੇ ਲੀਡਰਾਂ ਦੀ ਫੈਮਿਲੀਜ਼ ਨੂੰ ਵੀ ਲੋਕੀ ਅਪਰੋਚ ਕਰਦੇ ਹੈਗੇ, ਤੇ ਤੁਸੀਂ ਉਹ ਤੁਹਾਡਾ ਰੋਲ ਇਸ ਦੇ ਵਿੱਚ ਸਾਰੇ 'ਚ ਕਿਵੇਂ ਦਾ ਰਹੇਗਾ? ਤੁਹਾਡੇ ਕੋਲੇ ਵੀ ਲੋਕੀ ਹੁਣ ਆਪਦੇ ਮੁੰਡੇ ਲੈ ਕੇ ਆਉਂਦੇ ਹੋਣੇ ਕਿਉਂਕਿ ਤੁਸੀਂ ਕੈਂਪੇਨ ਕਰਦੇ ਰਹੇ ਹੋ ਭਗਵੰਤ ਮਾਨ ਹੋਣਾ ਦੇ ਲਈ, ਤੁਹਾਡਾ ਰੋਲ ਸਪੈਸੀਫਿਕਲੀ ਦੱਸਿਓ ਕਿ ਕਿਸ ਤਰ੍ਹਾਂ ਦਾ ਰਹੇਗਾ? ਮਾਲਵੇ 'ਚ ਹੀ ਉਨੇ ਸੈਕਟਰ 'ਚ ਐਕਟਿਵ ਰਹੋਗੇ ਜਾਂ ਪੰਜਾਬ ਭਰ ਦੇ ਵਿੱਚ? ਨਹੀਂ, ਇੱਦਾਂ ਦਾ ਕੁਛ ਨਹੀਂ, ਅਸੀਂ ਤਾਂ ਜਸਟ ਬਾਈ ਜੀ ਦੇ ਬੈਕ 'ਤੇ ਰਹਿ ਕੇ ਸਪੋਰਟ ਕਰਦੇ ਹਾਂ। ਪੋਲੀਟੀਕਲੀ ਸਾਡਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਹੁੰਦਾ ਹੈਗਾ, ਨਾ ਇੰਟਰਫੇਰੈਂਸ ਹੁੰਦੀ ਹੈ, ਨਾ ਕੋਈ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਹੁੰਦੀ ਹੈ। ਅਸੀਂ ਤਾਂ ਜਸਟ ਲੋਕਾਂ ਦਾ ਮੈਸੇਜ ਲਿਆ ਕੇ ਇਹਨਾਂ ਕੋਲ ਦੱਸ ਦੇਈਦਾ ਹੈ, ਅਤੇ ਇਹ ਆਪਣੀ ਇਹਨਾਂ ਆਪਣੀ ਉਹਦੇ ਨਾਲ ਫਿਰ ਆਪਾਂ ਕਰਦੇ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਲੋਕ ਤੁਹਾਡੇ ਕੋਲ ਅਪਰੋਚ ਕਰਨਗੇ, ਉਹਦੇ ਲਈ ਅਸੀਂ ਤਾਂ ਹੁਣੇ ਸਾਰੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ। ਦੇਖੋ ਜੇ ਇਹੀ ਰਿਸ਼ਤੇਦਾਰੀ ਜਾਂ ਸਿਫਾਰਸ਼ੀ ਵਾਲੇ ਸਿਸਟਮ ਤੋਂ ਅੱਕ ਕੇ ਤਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ, ਭਗਵੰਤ ਬਾਈ ਨੂੰ, ਜੇ ਉਹੀ ਚੀਜ਼ ਅਸੀਂ ਨੇ ਤੋੜ ਲਈ ਤੇ ਫਿਰ ਸਾਡੇ ਰਿਸ਼ਤੇਦਾਰ ਲੱਗਣ ਲੱਗ ਜਾਣਗੇ ਤੇ ਫਿਰ ਪਬਲਿਕ ਦਾ ਕੀ ਬਣੂਗਾ? ਜਿਹਨਾਂ ਦਾ ਮੈਂ ਤਾਂ ਪਹਿਲਾਂ ਵੀ ਕਿਹਾ ਸੀ, ਲੋਕ ਪੱਤਰਕਾਰ ਪੁੱਛਦੇ ਹੁੰਦੇ ਸੀ ਭੈਣ ਜੀ ਤੁਹਾਡੇ ਭਰਾ 8 ਸਾਲ ਤੋਂ MP ਨੇ, ਤੁਸੀਂ ਸਰਕਾਰੀ ਨੌਕਰੀ 'ਤੇ ਕਿਉਂ ਨਹੀਂ? ਕਿਉਂਕਿ ਮੈਂ ਪ੍ਰਾਈਵੇਟ ਜੌਬ ਕਰਦੀ ਸੀ। ਤੇ ਫਿਰ ਮੈਂ ਤਾਂ ਇਹੀ ਕਿਹਾ ਨਾ ਕਿ ਸਿਰਫ 13 MP ਹੈ, 13 ਭੈਣਾਂ ਨੂੰ ਤਾਂ ਉਹਨਾਂ ਦੇ MP ਲਵਾ ਲੈਣਗੇ, ਅਤੇ ਬਾਕੀ ਦੀਆਂ ਜਿਹੜੀਆਂ ਲੱਖਾਂ ਭੈਣਾਂ ਨੇ ਉਹ ਕਿਹਦੀ ਸਿਫਾਰਿਸ਼ ਲੈ ਕੇ ਆਉਣਗੀਆਂ? ਕਿ ਉਹਨਾਂ ਸਿਸਟਮ ਇੰਨਾ ਵਧੀਆ ਹੋਵੇ ਵੀ ਮੈਰਿਟ ਦੇ ਆਧਾਰ 'ਤੇ, ਕਾਬਲੀਅਤ ਦੇ ਆਧਾਰ 'ਤੇ ਸਭ ਨੂੰ ਨੌਕਰੀ ਮਿਲੇ। ਸੋ ਸਾਡੀ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਸਾਰਿਆਂ ਨੂੰ ਕਿਹਾ ਹੋਇਆ ਸੀ ਨੇ, ਸਾਡੇ ਕੋਲ ਸਿਫਾਰਿਸ਼ ਨਹੀਂ ਲੈ ਕੇ ਆਉਣੀ, ਗਲਤ ਕੰਮ ਕਿਸੇ ਦਾ ਵੀ ਨਹੀਂ ਹੋਊਗਾ, ਸਹੀ ਸਾਰਿਆਂ ਦੇ ਹੋਣ। ਭਗਵੰਤ ਮਾਨ ਹੁਣੀ ਔਨ ਰਿਕਾਰਡ ਇਹ ਚੀਜ਼ ਕਹਿੰਦੇ ਰਹੇ ਨੇ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਜਾਂ ਗੱਲਬਾਤ ਦੇ ਵਿੱਚ, ਉਹਨਾਂ ਨੇ ਕਦੀ ਇਹ ਚੀਜ਼ ਨੂੰ ਛੁਪਾਇਆ ਨਹੀਂ, ਕਹਿੰਦੇ ਮੈਂ ਪੋਲਿਟਿਕਸ ਨੂੰ ਇੰਨਾ ਡੈਡੀਕੇਟ ਸੀਗਾ, ਮੈਂ ਪਰਿਵਾਰ ਗਵਾਇਆ ਉਸ ਪੋਲਿਟਿਕਸ ਦੇ ਵਿੱਚ, ਕਿਉਂਕਿ ਮੈਂ ਬਹੁਤ ਸਮਾਂ ਲੋਕਾਂ ਦੇ ਵਿੱਚ ਰਹਿੰਦਾ ਸੀ, ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦਾ ਸੀ। ਹੁਣ ਤੁਹਾਨੂੰ ਲੱਗਦਾ ਕਿ CM ਬਣਿਆ, ਪਰਿਵਾਰ ਵੀ ਵਾਪਸ ਆ ਗਿਆ ਭਗਵੰਤ ਮਾਨ ਲਈ ਜਾਂ ਤੁਹਾਡੇ ਉਹਨਾਂ ਦੀ ਭੈਣ ਹੋ, ਉਹਨਾਂ ਦੇ ਲਈ ਇੱਕ ਡਬਲ ਅਚੀਵਮੈਂਟ ਹੋ ਗਈ, ਦੂਰੀ ਖੁਸ਼ੀ ਹੋ ਗਈ? ਹਾਂ, ਸਾਰਾ ਵਧੀਆ ਹੀ ਲੱਗਦਾ ਜਦੋਂ ਵੀ ਕੋਈ ਮਤਲਬ ਖੁਸ਼ੀ ਦੀ ਹੁੰਦੀ ਹੈ ਗੱਲ ਤਾਂ ਸਾਰਿਆਂ ਲਈ ਵਧੀਆ ਲੱਗਦਾ, ਤੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ। ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਾਂ ਅਸੀਂ ਕਿ ਇਸੇ ਤਰ੍ਹਾਂ ਦਇਆ ਦ੍ਰਿਸ਼ਟੀ ਬਣਾਈ ਰੱਖਣ। ਨਾ ਕਰਨ ਵਾਸਤੇ ਉਹਨਾਂ ਨੇ ਗੱਲ ਕਹੀ ਸੀ, ਪਰਚਾ ਕਲਚਰ ਜਿਹੜਾ ਚੱਲਦਾ ਉਹ ਖਤਮ ਹੋ ਗਿਆ ਜੀ, ਖਤਮ ਹੋ ਗਿਆ, ਪਰਚਾ ਕਲਚਰ ਖਤਮ ਹੋ ਗਿਆ ਜੀ, ਉਹ ਨਹੀਂ ਕਰਾਂਗੇ ਜੀ, ਪਰਚਾ ਕਦਾ ਕਰਨਾ ਜੀ। ਮਾਤਾ ਜੀ ਤੁਹਾਨੂੰ ਬਤਾਈ, ਲੋਕਾਂ ਨੂੰ ਸਹੂਲਤਾਂ ਦੇਣੀਆਂ, ਨਾ ਕਿ ਉਹਨਾਂ 'ਤੇ ਪਰਚੇ ਕਰੋ। ਜਿਹੜੇ ਨਜਾਇਜ਼ ਪਰਚੇ ਹੋਏ ਲੋਕਾਂ 'ਤੇ ਉਹਨਾਂ ਦੀਆਂ ਇਨਕੁਆਇਰੀਆਂ ਕਰਾਵਾਂਗੇ, ਝੂਠੇ ਪਰਚੇ ਜਿਹੜੇ ਉਹ ਰੱਦ ਕਰਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।